ਸਦਾ ਸਦਾ ਜਨ ਜੀਵਤੇ ਸਦਾ ਸਦਾ ਜਨ ਜੀਵਤੇ ਆ
ਗੁਰਮੁਖਾਂ ਕੋਲ ਜੀਵਨ ਹੁੰਦਾ ਹੈ, ਜੀਵਨ ਹੁੰਦਾ ਹੀ ਗੁਰਮੁਖਾਂ ਦਾ ਹੈ, ਜਿਹੜਾ ਬਾਣੀ ਨੇ ਮੰਨਿਆ ਹੈ। ਜਿਹਨੂੰ ਗੁਰੂ ਕਲਗੀਧਰ ਜੀਵਨ ਮੰਨਦੇ ਆ ਨਾ, ਉਹ ਬਾਬੇ ਅਜੀਤ ਸਿੰਘ ਜੇ ਜੀਵਨ ਨੂੰ ਜੀਵਨ ਮੰਨਦੇ ਆ, ਜਿਹੜਾ ਖਾ ਪੀ ਰਸ ਭੋਗ ਕੇ ਮਰ ਗਿਆ, ਆ ਮੈਂ ਕਰਦਾ ਮਰ ਗਿਆ, ਉਹ ਜੀਵਨ ਥੋੜ੍ਹੋ ਸੀ। ਉਹ ਪਹਿਲਾਂ ਹੀ ਮਰੇ ਹੋਏ ਆ,
ਕੀ ਕਿਹਾ ਮਹਾਰਾਜ ਨੇ, ਇਹ ਜਗਤ ਮਮਤਾ ਮੂਆ ਮਰਿਆ ਪਿਆ ਹੈ, ਮੈਂ ਮੇਰੀ ਵਿੱਚ ਪਹਿਲਾਂ ਹੀ ਜੀਵਨ ਕੀ ਵਿਦ ਨਾ ਹੈ, ਤਰੀਕਾ ਹੀ ਨਹੀਂ ਪਤਾ ਜ਼ਿੰਦਗੀ ਕਹਿੰਦੇ ਕਿਹਨੂੰ ਆ। ਗੁਰੂ ਸਾਹਿਬ ਜ਼ਿੰਦਗੀ ਦੱਸਦੇ ਜੀਵਨ ਹੁੰਦਾ ਕੀ ਆ, ਜਿਹੜਾ ਭਾਣੇ ਵਿੱਚ ਚੱਲਦਾ ਨਾ, ਗੁਰੂ ਦੇ ਭਾਣੇ ਵਿੱਚ ਆਇਆ ਹੈ, ਆਪਣੇ ਸਤਿਗੁਰੂ ਨੂੰ ਸੀਸ ਸੌਂਪ ਦਿੰਦਾ, ਜਿਹੜਾ ਆਪਣੀ ਮੱਤ ਕੋਈ ਨਹੀਂ ਗੁਰੂ ਦੀ ਮੱਤ ਸਾਰੀ। ਆਹ ਕਿਆ ਹੀ ਵਾਹਿਗੁਰੂ 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 ਵਾਹਿਗੁਰੂ। ਫਿਰ ਮਹਾਰਾਜ ਸਿੱਧਾ ਹੀ ਉਹਨੂੰ ਆਪਣੇ ਪਰਿਵਾਰ 'ਚ ਰਲਾ ਲੈਂਦੇ। ਦੇਖੋ ਇੱਕ ਹੈਗਾ ਆਹ ਦੁਨਿਆਵੀ ਸਿਸਟਮ ਹੈ ਨਾ ਜੀ, ਮੈਂ ਮੇਰੀ ਵਾਲਾ, ਆ ਪਕੜਾਂ ਛਕੜਾਂ ਵਾਲਾ, ਠੀਕ ਹੈ ਨਾ। ਇੱਕ ਹੈ ਆਪਣੇ ਪਿਆਰੇ ਤੋਂ ਬਲਹਾਰ ਵਾਲਾ, ਉਹ ਇੱਕ ਅਲੱਗ ਦੁਨੀਆ ਹੈ ਜਿਹੜੀ ਪਿਆਰ ਵਾਲਿਆਂ ਦੀ ਦੁਨੀਆ ਨਾ, ਉਹ ਸਾਰਾ ਕੁਛ ਗੁਰੂ ਕਲਗੀਧਰ ਦੇ ਮਹਾਰਾਜ ਦੇ ਹਾਜ਼ਰ ਹਜ਼ੂਰ ਹੁੰਦਾ, ਉਹਨੂੰ ਗੁਰਮੁਖ ਜਾਣਦਾ ਹੁੰਦਾ ਅਤੇ ਗੁਰੂ ਸਾਹਿਬ ਜਾਣਦੇ ਜਿਹੜੇ ਉਹਨੂੰ ਗੁਰਮੁਖ ਨੂੰ ਪਿਆਰ ਕਰਦੇ ਤਿਆਰ ਕਰਦੇ, ਇਹ ਸਾਂਝ ਉਹਨਾਂ ਦੇ ਵਿੱਚ ਹੀ ਹੁੰਦੀ। ਗੁਰੂ ਸਾਹਿਬ ਜਾਣਦੇ ਹੁੰਦੇ ਰੂਹ ਨੂੰ ਤਾਂ ਰੂਹ ਬਸ ਗੁਰੂ ਸਾਹਿਬ ਦੇ ਮੂਹਰੇ ਹੁੰਦੀ, ਉੱਥੇ ਸੰਸਾਰ ਸੰਸੂਰ ਨਹੀਂ ਹੁੰਦਾ ਕੋਈ, ਉੱਥੇ ਦੁਨੀਆ ਨਹੀਂ ਹੁੰਦੀ। ਆਏ ਹਾਏ, ਅਤੇ ਫਿਰ ਸੱਚੀ ਗੱਲ ਜਿਹੜੇ ਇਸ ਪਿਆਰ ਦੇ ਵਿੱਚ ਜਿਉਂਦੇ ਆ ਨਾ, ਉਹ ਜੀਵਨ ਫਿਰ ਸਦਾ ਲਈ ਉਹਨਾਂ ਜੀਵਨ ਦੇ ਵਿੱਚ ਜੀਵਨ ਹੋ ਨਿਬੜਦਾ ਹੈ। ਫਿਰ ਕਹਾਂਗੇ ਜਿਹੜਾ ਸੰਤਾਂ ਦਾ ਜੀਵਨ ਹੈ, ਜਿਹੜਾ ਸ਼ਹੀਦਾਂ ਦਾ ਜੀਵਨ ਹੈ, ਜਿਹੜਾ ਗੁਰਮੁਖਾਂ ਦਾ ਜੀਵਨ ਹੈ ਨਾ, ਜੀਵਨ ਪਦਵੀ ਮਹਾਰਾਜ ਨੇ ਕਿਹਾ, ਉਹ ਮਰਤਬਾ ਪਾਉਂਦੇ ਆ, ਇੱਕ ਖਾਸ ਲੈਵਲ ਆ ਬੜਾ ਵੱਡਾ ਉਹਨਾਂ ਦਾ। ਕਿਹੜਾ ਲੈਵਲ ਹੈ? ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਬਿਰਧ ਪਿਆਰਿਓ। ਨਾਮ ਜਿਹੜਾ ਹੈ ਨਾ, ਜਿਹੜੀ ਸੇਵਾ ਹੈ, ਜਿਹੜਾ ਗੁਰੂ ਦਾ ਪਿਆਰ ਹੈ, ਇਹ ਸਾਨੂੰ ਬਹੁਤ ਵੱਡੀ ਥਾਂ ਦਵਾ ਦਿੰਦਾ। ਅਖੀਰ ਵਿੱਚ ਗੁਰੂ ਸਾਹਿਬ ਗੱਲ ਨਿਬੇੜਦੇ ਪਤਾ ਕਿੱਥੇ ਆ ਗਿਆ ਕਿ ਪਿਆਰੇ ਉਹ ਇਹ ਕਿਸੇ ਦੇ ਵੱਸ ਦੀ ਗੱਲ ਨਹੀਂ, ਇਹ ਤਾਂ ਜਿਨ੍ਹਾਂ 'ਤੇ ਗੁਰੂ ਦੀ ਨਜ਼ਰ ਹੁੰਦੀ ਹੈ ਨਾ, ਉਹਨਾਂ ਦੇ ਹਿੱਸੇ ਆਉਂਦੀ ਹੈ ਇਹ ਚੀਜ਼, ਇਹ ਹਰ ਕਿਸੇ ਦੇ ਹਿੱਸੇ ਨਹੀਂ ਆਉਂਦੀ। ਨਾਨਕ ਨਦਰੀ ਮਨ ਵਸੈ ਗੁਰਮੁਖ ਸਹਿਜ ਸਮਾਹੇ। ਆਏ ਸਹਿਜੇ ਹੀ ਅੰਦਰ ਪਿਆਰ ਲੱਗ ਜਾਂਦਾ, ਬਸ ਉਸ ਪਿਆਰ ਦੇ ਵਿੱਚ ਪਿਆਰ ਹੋ ਕੇ ਸਮਾ ਜਾਂਦੇ। ਆਖੋ ਸਾਰੇ ਓਏ ਸਦਾ ਸਦਾ ਜਨ ਜੀਵਤੇ
कृपा वरत दी गुरु साहब जिन्हों प्यार दी दात बख्शते हैं ना जिन्हों सिमरन सेवा बख्शते उहदे विच्चों प्यो दी झलक सच्ची पैण लग पैंदी जिहड़ा गुरु नानक दे घर दे विच जन्म लैंदा है ना गुरु नानक दे घर विच जन्म हुंदा ही सेवा नाल सिमरन दे नाल एक बारी कहो सफल हो बिरख सुहावड़ा
ਰਸਤਾ ਹਰ ਸਫਲ ਅੰਮ੍ਰਿਤਾ। ਸਦਾ ਜਨ ਜੀਵ ਤੇ ਜੋ ਹਰ ਚਰਨੀ ਚਿੱਤ ਲਾਹੇ। ਗੁਰੂ ਪਿਆਰਿਓ, ਪਰਮੇਸ਼ਰ ਕਿਰਪਾ ਕਰਦਾ ਕਿਸੇ ਦੇ ਅੰਦਰ ਨਾਮ ਦੀ ਕਣੀ ਸਿੜਦੇ ਆ ਮਹਾਰਾਜ। ਕਿਸੇ ਦੇ ਅੰਦਰ ਨਾ ਨਾਮ ਦੀ ਕਣੀ ਬੀਜ ਬੀਜਦੇ ਆ, ਫਿਰ ਉੱਥੋਂ ਇਹ ਬੂਟਾ ਫਿਰ ਲੱਗਦਾ ਹੈ ਕਿਹੜਾ ਪ੍ਰੇਮ ਵਾਲਾ, ਹਾਏ ਹਾਏ ਨਾਮ ਵਾਲਾ, ਬਰਕਤਾਂ ਵਾਲਾ, ਜਿਹੜਾ ਸੱਚਾ ਸੁੱਚਾ ਬਿਲਕੁਲ ਨਿਰਮਲ। ਓਏ ਹੋਏ, ਅਲੱਗ ਜੀਵਨ ਹੈ ਪਿਆਰਿਓ, ਬੜਾ ਉੱਤਮ ਜੀਵਨ ਹੈ ਗੁਰਮੁਖ ਦਾ। ਫਿਰ ਕਹੋ Oh।
ਜਨਮਾਂ ਜਨਮਾਂ ਦੇ ਜਿਹੜੇ ਲੱਗੇ ਹੋਏ ਤਾਲੇ ਤੋੜ ਦਿੰਦੇ, ਬੰਧਨ ਖੋਲਣ ਸੰਤ। ਹੁਣੇ ਸੁਣ ਕੇ ਆਟੇ ਨਾ ਕੀ ਬਖਸ਼ਿਸ਼ ਹੁੰਦੀ ਹੈ ਗੁਰੂ ਪਿਆਰਿਓ। ਸਾਧੂਆਂ ਦੀ, ਗੁਰਮੁਖਾਂ ਦੀ ਇਹ ਕੋਈ ਦੇਹਾਂ ਦੀ ਸਰੀਰਾਂ ਦੀ ਸੰਗਤ ਨਹੀਂ ਹੁੰਦੀ, ਇਹ ਤਾਂ ਜੀ ਦਾਨ ਦਿੰਦੇ ਨੇ ਆਪਣਾ ਜੀਵਨ ਚੋਂ ਜੀਵਨ। ਜਿੱਦਾਂ ਦੀਵੇ ਚੋਂ ਦੀਵਾ ਜਗ ਜਾਂਦਾ ਹੈ ਨਾ, ਇੱਦਾਂ ਆਪਣੇ ਜੀਵਨ ਦੇ, ਆਪਣੇ ਆਤਮ ਬਲ ਦੇ ਨਾਲ ਮਰੀਆਂ ਹੋਈਆਂ ਰੂਹਾਂ ਨੂੰ ਜੀਂਦੇ ਕਰ ਦਿੰਦੇ, ਭਾਵ ਪ੍ਰੇਮ ਲਾ ਦਿੰਦੇ, ਸਿਮਰਨ ਲਾ ਦਿੰਦੇ, ਸੇਵਾ ਵਿੱਚ ਲਾ ਦਿੰਦੇ। ਕੈਸੇ ਪਿਆਰੇ ਨੇ, ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ। ਵਾਹ ਮੇਰੇ ਪਿਆਰਿਆ, ਓਹ ਪਿਆਰਾ ਸੇਵਾ ਵਾਲੇ ਨੂੰ ਚੇਤਾ ਕਰਾਂਗੇ ਤੇ ਮਹਾਰਾਜ ਕਲਗੀਆਂ ਵਾਲਾ ਚੇਤਾ ਆਏਗਾ, ਫਿਰ ਉਹ ਸਾਰਾ ਪਰਿਵਾਰ ਚੇਤਾ ਆਏਗਾ, ਮਾਤਾ ਸਾਹਿਬ ਕੋਲ ਚੇਤੇ ਆਉਣਗੇ, ਪੰਜ ਪਿਆਰੇ ਚੇਤੇ ਆਉਣਗੇ, ਬਾਬਾ ਦੀਪ ਸਿੰਘ ਜੀ ਚੇਤੇ ਆਉਣਗੇ। ਕਿਉਂ ਨਹੀਂ ਆਉਣਗੇ? ਕਿਉਂਕਿ ਪਿਆਰ ਜਿਹੜਾ ਹੈ ਗੁਰੂ ਸਾਹਿਬ ਦਾ ਪਿਆਰ ਜਿਹੜਾ ਬੜੀ ਵੱਡੀ ਖੇਡ ਆ ਪਿਆਰਿਓ। ਇਹ ਭਾਗਾਂ ਵਾਲੇ ਹੋ ਫਿਰ ਕਹੋ ਸਾੜੀਆ ਸੇਵਾ ਕਰੀ ਸਾੜੀਆ।
ਪਿਆਰੇ ਨਾਮ ਜਪਣ ਵਾਲੇ ਗੁਰੂ ਕੇ ਬਖਸ਼ੇ ਹੋਏ ਸੱਚੀ ਉਹਨਾਂ ਦੇ ਆਲੇ ਦੁਆਲੇ ਫਿਰਨ ਵਾਲੇ ਵੀ ਬੜੇ ਪਿਆਰੇ ਹੋ ਜਾਂਦੇ ਅੰਦਰੋਂ ਅੰਦਰੀ ਬਾਤ ਪਾਉਂਦੇ ਕਦੇ ਗੁਰਮੁਖਾਂ ਦੇ ਪਿਆਸੇ ਹੋਇਆਂ ਦੇ ਨੇਤਰ ਦੇਖਿਓ ਉਹਨਾਂ ਦੇ ਅੰਦਰ ਦੀ ਪਿਆਸ ਜਿਹੜੀ ਹੈ ਉਹ ਕਿਵੇਂ ਅੰਦਰ ਦੀ ਹੂਕ ਜਿਹੜੀ ਬੇਨਤੀਆਂ ਰੂਪ ਦੇ ਵਿੱਚ ਆਉਂਦੀ ਹੈ ਪਰ ਆਉਂਦੀ ਹੂਕ ਰਾਹੀਆਂ ਮੂੰਹ ਨਹੀਂ ਬੋਲਦੇ ਉਹਨਾਂ ਦੇ ਜਿਹੜੇ ਹਾਵ ਭਾਵ ਨੇ ਆਏ ਹਾਏ ਮੈਂ ਸੱਚੀ ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਕਹਿੰਦਾ ਇਹ ਚੀਜ਼ਾਂ ਅਸੀਂ ਗੁਰਸਿੱਖਾਂ ਕੋਲ ਦੇਖਦੇ ਮਾਣਦੇ ਹਾਂ ਮੈਨੂੰ ਉਹ ਜੁਗਰਾਜ ਸਿੰਘ ਦਾ ਖੀਰਲਾ ਵਾੜੀ ਜਿਹੜਾ ਮਿਲਣਾ ਹੈ ਨਾ ਖਾਲਸਾ ਏਡ ਦੀ ਜਦੋਂ ਸੇਵਾ ਚੱਲ ਰਹੀ ਕਰੋਨਾ ਪੂਰਾ ਭਰ ਕੇ ਹੀ ਉਦੋਂ ਬਹੁਤ ਜ਼ਿਆਦਾ ਸਹਿਮ ਸੀ ਕੋਈ ਨਿਕਲਦਾ ਨਹੀਂ ਸੀ ਡਰਦਾ ਤਾਂ ਪਰ ਇਹ ਸਾਰੇ ਵੀਰ ਭੱਜ ਭੱਜ ਕੇ ਸੇਵਾਵਾਂ ਕਰਦੇ ਸੀ ਅਤੇ ਮੇਰੇ ਕੋਲ ਉੱਥੇ ਖੜ੍ਹਾ ਮੈਨੂੰ ਉੱਦਾਂ ਹੀ ਸਾਰਾ ਕੁਛ ਯਾਦ ਆ ਰਿਸੈਪਸ਼ਨ ਦੇ ਦਰਵਾਜ਼ੇ ਦੇ ਵਿੱਚ ਅਸੀਂ ਦੋਨੋਂ ਜਾਣੇ ਖੜ੍ਹੇ ਦੁਪਹਿਰ ਦਾ ਟਾਈਮ ਸਿਖਰ ਦੁਪਹਿਰੇ ਆਇਆ ਕਿ ਮੈਂ ਮਿਲਣਾ ਹੈ ਅਤੇ ਮੈਨੂੰ ਇਹ ਨਹੀਂ ਸੀ ਪਤਾ ਉਹਨੇ ਇੱਦਾਂ ਖੀਰ ਦੀ ਵਾਰੀ ਮਿਲਣਾ ਅਤੇ ਕਹਿ ਕੇ ਆਇਆ ਮਿਲਣਾ ਹੈ ਮੈਂ ਕਿਹਾ ਆ ਜਾਊ ਮੇਰੇ ਵੀਰ ਅਤੇ ਸੱਚੀ ਉਹ ਜਿਸ ਤਰ੍ਹਾਂ ਖੜ੍ਹਾ ਸੀ ਜਿਸ ਤਰ੍ਹਾਂ ਦੀ ਉਹਦੇ ਅੰਦਰ ਕੁਛ ਭਾਵਨਾ ਜਿਹੜੀ ਉਹ ਹੀ ਜਾਣਦਾ ਕੀ ਉਹਦੇ ਅੰਦਰ ਪਿਆਰ ਸੀ ਕੀ ਸੀ ਮਹਾਰਾਜ ਵੱਲੋਂ ਨੂੰ ਉਹਦੇ ਨੇਤਰ ਜਿਹੜੇ ਝੁਕੇ ਹੋਏ ਸੀ ਅੱਖਾਂ ਪੂਰੀਆਂ ਅੱਖਾਂ ਇੱਦਾਂ ਮਿਲਾ ਕੇ ਨਹੀਂ ਸੀ ਗੱਲ ਕਰਦਾ ਪਿਆਰ ਦੇ ਵਿੱਚ ਸੀ ਬਹੁਤ ਪਿਆਰ 'ਚ ਸੀ ਅੰਦਰੋਂ ਅੰਦਰੀ ਮੈਂ ਤਾਂ ਬੁੱਝ ਨਹੀਂ ਸਕਿਆ ਨਾ ਕਿਉਂਕਿ ਉਹ ਬਹੁਤ ਉੱਚਾ ਸੀ ਮੈਂ ਨੀਵਾਂ ਸੀ ਅਤੇ ਮੈਨੂੰ ਸਮਝ ਨਾ ਲੱਗੀ ਉਹ ਕੁਛ ਦੇਣ ਹੀ ਆਇਆ ਸੀ ਸ਼ਾਇਦ ਆਪਣਾ ਪਿਆਰ ਹੀ ਦੇਣ ਆਇਆ ਸੀ ਅਤੇ ਪਰ ਮੈਂ ਇਹ ਗੱਲ ਮਹਿਸੂਸ ਕਰਦਾ ਮਹਾਰਾਜ ਦੇ ਚਰਨਾਂ 'ਚ ਬਹਿ ਕੇ ਕਿ ਤੁਸੀਂ ਵੱਡੇ ਪਰਿਵਾਰ ਨਾਲ ਤੁਹਾਡੀ ਸਾਂਝ ਬਣ ਗਈ ਹੈ ਜੁਗਰਾਜ ਸਿੰਘ ਜੀ ਤੁਹਾਡਾ ਪਿਆਰ ਤਾਂ ਅਸੀਂ ਸ਼ਬਦਾਂ ਵਿੱਚੋਂ ਲੈਂਦੇ ਹਾਂ ਰੋਜ਼ ਤੁਹਾਡਾ ਪਿਆਰ ਮੈਂ ਕੋਈ ਇੱਦਾਂ ਨਹੀਂ ਕੋਈ ਬੰਦੇ ਦੀ ਸਿਫਤ ਨਹੀਂ ਕਰ ਰਿਹਾ ਮੈਂ ਉਸ ਸੇਵਾ ਦੀ ਸਿਫਤ ਕਰ ਰਿਹਾ ਜਿਹੜੀ ਮਹਾਰਾਜ ਜੀ ਨੂੰ ਦਿੱਤੀ ਜਿਹੜੀ ਭਜਾ ਭਜਾ ਕੇ ਉੱਠ ਉੱਠ ਕੇ ਦੌੜ ਦੌੜ ਕੇ ਸਟੇਸ਼ਨ 'ਤੇ ਜਾਣਾ ਹਜ਼ੂਰ ਸਾਹਿਬ ਸੰਗਤ ਜਾਣੀ ਲਓ ਜੀ ਬਿਸਕੁਟ ਵਰਤਾ ਦੇਵਾਂ ਲਓ ਜੀ ਚਾਹ ਵਰਤਾ ਦੇਵਾਂ ਲਓ ਜੀ ਉੱਥੇ ਹੋਰ ਮੁੱਠੀ ਚਾਪੀ ਕਰ ਦਈਏ ਕਿੰਨੀਆਂ ਸੀਸਾਂ ਉੱਥੋਂ ਮਿਲਦੀਆਂ ਹੋਣਗੀਆਂ ਕੀ ਹੈ ਮਹਾਰਾਜ ਬਖਸ਼ਦੇ ਹੋਣਗੇ ਸਾਨੂੰ ਹਿਸਾਬ ਕਿਤਾਬ ਵੀ ਨਹੀਂ ਪਤਾ ਉਸ ਚੀਜ਼ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਅਤੇ ਉਹਦੀ ਭਾਵਨਾ ਗੁਰਸਿੱਖਾਂ ਪ੍ਰਤੀ ਰੱਬ ਪ੍ਰਤੀ ਗੁਰੂ ਪ੍ਰਤੀ ਇਹੋ ਜਿਹੀ ਹੈ ਸੇਵਾ ਕਰੀ ਗੁਰਸਿੱਖਾਂ ਤੋਂ ਬਲਹਾਰ ਜਾਂਦਾ ਹੈ ਸੇਵਾ ਤੋਂ ਬਲਹਾਰ ਜਾਂਦਾ ਹੈ ਤੇ ਫਿਰ ਕਿਤੇ ਉਹ ਚੀਜ਼ਾਂ ਉਹਨੂੰ ਛੱਡ ਦਿੰਦੀਆਂ ਨਹੀਂ ਉਹ ਸੱਚੀ ਫਿਰ ਆਹ ਸ਼ਬਦਾਂ ਦੇ ਯੋਗ ਹੋ ਜਾਂਦੀਆਂ ਰੂਹਾਂ ਸੇਵਾ ਵਾਹ
ਸਾਡੀ ਇੱਕ ਸਾਂਝ ਪਈ ਹੁੰਦੀ ਸਿਮਰਨ ਦੇ ਨਾਲ। ਸਿਮਰਨ ਕੋਈ ਉਹਨੂੰ ਕੱਲਿਆਂ ਨਹੀਂ ਰਹਿਣ ਦਿੰਦਾ, ਸਿਮਰਨ ਕੋਈ ਖੁਸ਼ਕੀ ਨਹੀਂ ਪੈਦਾ ਕਰਦਾ। ਪਿਆਰਿਓ ਮਹਾਰਾਜ ਬਖਸ਼ੇ ਸਿਮਰਨ ਇੱਕ ਸਾਂਝ ਪਵਾਉਂਦਾ, ਸਿਮਰਨ ਕਿਤੇ ਜਾ ਕੇ ਮੇਲ ਦਿੰਦਾ ਉਹਨਾਂ ਬਰਕਤਾਂ ਵਾਲਿਆਂ ਦੇ ਨਾਲ। ਸਿਮਰਨ ਰਾਹੀਂ ਉਹਨਾਂ ਰਾਹੀਂ ਮਿਲ ਜਾਈਦਾ ਹੈ, ਉਹ ਮਿਲ ਜਾਈਦਾ ਹੈ ਸਿਮਰਨ ਦੇ ਨਾਲ, ਸੇਵਾ ਨਾਲ, ਪ੍ਰੇਮ ਨਾਲ। ਪ੍ਰੇਮ ਇੱਕ ਇਹੋ ਜਿਹੀ ਸ਼ੈ ਹੈ, ਜਿਹੜਾ ਰੋਜ਼ ਉੱਠ ਕੇ ਜਾਂਦਾ ਉਹ ਐਵੇਂ ਨਹੀਂ ਜਾਂਦਾ, ਉਹਨੂੰ ਕੁਛ ਮਿਲਦਾ ਪਿਆ ਹੈ, ਉਹਨੂੰ ਕੁਛ ਮਿਲਦਾ ਹੈ ਤਾਂ ਜਾਂਦਾ ਹੈ ਤਾਂ ਉੱਠਦਾ ਹੈ। ਉਹ ਤਾਂ ਨਹੀਂ ਕੋਈ ਉੱਠ ਸਕਦਾ, ਉਹਨੂੰ ਕੁਛ ਅੰਦਰੋਂ ਖੈਰ ਪੈ ਰਹੀ ਹੈ, ਪੈ ਰਹੀ ਹੈ ਖੈਰ। ਪੁੱਟਿਆ ਹੋਇਆ ਕਦਮ ਹੈ ਨਾ, ਉਹ ਮਹਾਰਾਜ ਬਹੁਤ ਬਰਕਤਾਂ ਪਾਉਂਦੇ ਆ। ਤੇ ਸੱਚੀ ਉਸ ਉਹਨੂੰ ਹੀ ਪਤਾ ਹੁੰਦਾ ਜਿਹਨੂੰ ਪੈ ਰਹੀਆਂ ਹੁੰਦੀਆਂ। ਹੁਣ ਇੱਕ ਗੱਲ ਦੇਖੋ ਅੱਗੇ ਕੀ ਆ ਗਈ। ਦਸਣ ਸੰਤ ਸੰਗਤ ਵਿੱਚ ਬਹਿ ਕੇ ਤੈਨੂੰ ਅੰਦਰੋਂ ਅੰਦਰ ਹੀ ਬਹੁਤ ਕੁਛ ਸੁਣੇਗਾ। ਥੋੜਾ ਟਿਕ ਜਾਈ ਜੇ ਆ ਗਿਆ ਤਾਂ, ਟਿੱਕੀ ਅੰਦਰ ਜਾਈ, ਆਪਣੇ ਅੰਦਰ ਜਾਈ, ਆ ਸ਼ਬਦ ਦੇ ਰਾਹੀਂ ਕੀਰਤਨ ਦੇ ਰਾਹੀਂ ਆਪਣੇ ਅੰਦਰ ਚਲਾ ਜਾਈ, ਜਾਈ ਅੰਦਰ, ਅੰਦਰੋਂ ਤੈਨੂੰ ਕੁਛ ਕਹਿਣਗੇ। ਸੰਗਤ ਜੁੜੀ ਹੋਵੇ ਨਾ, ਭੱਜ ਕੇ ਜਾ ਕੇ ਬਹਿ ਜਾਏ, ਹੋ ਦੌੜ ਕੇ ਜਾ ਕੇ ਉੱਥੇ ਮੱਥਾ ਟੇਕ ਕੇ, ਮੱਥਾ ਟੇਕ ਕੇ ਧੂੜੀ ਲੈ ਕੇ ਬਹਿ ਜਾਇਓ, ਬਹਿ ਜਾਇਓ ਤੇ ਵਹਿ ਜਾਇਓ ਉਸ ਦਰਿਆ ਦੇ ਵਿੱਚ, ਵਹਿ ਜਾਇਓ ਸਤਨਾਮ।
ਦਾਸ ਜਿਸ ਲਿਖਿਆ ਨਾਨਕ ਨਾਉ ਤਿਸ ਨਾਉ ਅੰਮ੍ਰਿਤ ਦਿੱਤਾ ਤਿਸ ਨਾਉ ਸਤਿਗੁਰ ਦਿੱਤਾ ਅੰਮ੍ਰਿਤ ਸਤਿਗੁਰ ਦਿੱਤਾ ਅੰਮ੍ਰਿਤ ਅੰਮ੍ਰਿਤ ਸਤਿਗੁਰ ਦਿੱਤਾ ਜਿਸ ਲਿਖਿਆ ਨਾਨਕ ਪਰੇ ਦੀਆਂ ਚੀਜ਼ਾਂ ਨੇ ਇਹ ਸਮੇਂ ਵਿੱਚ ਨਹੀਂ ਨੇ ਜਿਹੜੀ ਬਾਣੀ ਹੈ ਨਾ ਜਿਹੜਾ ਪ੍ਰੇਮ ਹੈ ਜਿਹੜੀ ਸੇਵਾ ਹੈ ਇਹ ਅਕਾਲ ਪੁਰਖ ਦੇ ਵਿੱਚ ਲੈ ਜਾਂਦੀ ਆ ਬਾਕੀ ਸਾਰਾ ਕਾਲ ਕਾ ਤਮਾਸ਼ਾ ਹੈ ਸਕਲ ਕਾਲ ਕਾ ਕੀਆ ਤਮਾਸ਼ਾ ਪਰ ਜਿਹੜੀ ਆਹ ਖੇਡ ਹੈ ਜਿਹੜੀ ਹੁਣ ਆ ਮਹਾਰਾਜ ਬਾਣੀ ਦੇ ਵਿੱਚ ਗੁਰਸਿੱਖ ਨੂੰ ਖਿਡਾਉਂਦੇ ਇਹ ਅਕਾਲ ਪੁਰਖੀ ਖੇਡ ਹੈ ਅਕਾਲ ਪੁਰਖ ਸੋ ਆਓ ਹੁਣ ਸਮਾਪਤੀ ਕਰੀਏ ਇਹ ਜਗਤ ਮਮਤਾ ਮੂਆ ਜੀਵਨ ਕੀ ਬਿਦ ਨਾਹੇ ਗੁਰ ਕੈ ਪਾਣੇ ਜੋ ਚੱਲੈ ਤਾਂ ਜੀਵਨ ਪਦਵੀ ਪਾਏ ਉਹ ਸਦਾ ਸਦਾ ਜਨ ਜੀਵਤੇ ਜੋ ਹਰ ਚਰਣੀ ਚਿੱਤ ਲਾਏ ਨਾਨਕ ਨਦਰੀ ਮਨ ਵਸੈ ਗੁਰਮੁਖ ਸਹਿਜ ਸਮਾਏ ਗੁਰਮੁਖ ਸਹਿਜ ਰਾਮ ਕਲੀ ਮਹੱਲਾ ਤੀਜਾ ਆਨੰਦ ਓਮਕਾਰ ਸਤਿਗੁਰੂ ਸਾਹਿਬ ਆਨੰਦ ਪਿਆ ਮੇਰੀ ਪਾਏ
ਅਰਦਾਸ।